ਹਾਂਜੀ ਸਵਾਗਤ ਹੈ ਤੁਹਾਡਾ ਸਾਰੇ ਦਾ ਸਾਡੇ YouTube ਚੈਨਲ एग्जाम्स ਸਟੱਡੀ ਵੀ ਵਿਦ ਜੋਬ ਅਲਰਟ ਤੇ ਤਾਜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਟਰਮ ਪ੍ਰੀਖਿਆਵਾਂ ਦੀ ਡੇਟ ਸੀਟ ਜਿਹੜੀ ਆ ਚੁੱਕੀ ਹੈ ਤਰੀਖਾਂ ਜਾਰੀ ਹੋ ਚੁੱਕੀਆਂ ਨੇ ਕਿਹੜਾ ਐਗਜ਼ਾਮ ਕਦੋਂ ਹੋਏਗਾ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਦੀਆਂ ਟਰਮ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਇਸ ਸਬੰਧੀ ਡੇਟ ਸੀਟ ਹੈ ਜਿਹੜੀ ਸਕੂਲ ਸਿੱਖਿਆ ਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਸਬੰਧੀ ਡਿਟੇਲ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਮੁਖੀਆਂ ਨੂੰ ਵੀ ਜਿਹੜੀ ਪੇディ ਤੇ ਗਿਆ ਜੇ ਤੁਹਾਨੂੰ ਸਾਰੀ ਜਾਣਕਾਰੀ ਵਿਸਤਾਰ ਨਾਲ ਸ਼ੇਅਰ ਕਰਾਂਗੇ ਤਾਂ ਸਾਰੀਆਂ ਜਿਹੜੀਆਂ ਜਮਾਤਾਂ ਨੇ ਇਹਨਾਂ ਦੀ ਟਰਮ ਪ੍ਰੀਖਿਆਵਾਂ 25 ਸਤੰਬਰ ਤੋਂ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਤਾਂ ਇਹ ਜਿਹੜਾ ਨੋਟੀਫਿਕੇਸ਼ਨ ਹੈ ਰਾਜ ਵਿਦਿਆਕ ਖੋਜ ਅਤੇ ਸਿਖਲਾਈ પરિષਦ ਪੰਜਾਬ ਦੇ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਹੈ ਸੈਸ਼ਨ 2024-25 ਦੀਆਂ ਜਮਾਤਾਂ ਪਹਿਲੀ ਤੋਂ 12ਵੀਂ ਦੀਆਂ ਟਰਮ ਪ੍ਰੀਖਿਆਵਾਂ ਵਾ 1 ਦੀ ਡੇਟ ਸੀਟ ਦੇ ਸਬੰਧ ਵਿੱਚ ਤਾਂ 25 ਤੋਂ ਸਟਾਰਟ ਹੋ ਰਹੀਆਂ ਨੇ ਪਹਿਲੀ ਤੋਂ ਪੰਜਵੀਂ ਟਰਮ ਪ੍ਰੀਖਿਆਵਾਂ ਹਨ ਇਹ ਤਾਂ ਇੱਥੇ ਡੇਟ ਸੀਟ ਤੁਸੀਂ ਸਾਫ਼ ਇਹਦੇ ਵਿੱਚ ਦੇਖ ਸਕਦੇ ਹੋ 25 ਨਵੰਬਰ ਤੋਂ ਦਿਨ ਬੁੱਧਵਾਰ ਜਿਹੜਾ ਬੰਦ ਹੈ ਤੁਹਾਡੀਆਂ ਟਰਮ ਪ੍ਰੀਖਿਆਵਾਂ ਜਿਹੜੀਆਂ ਸਟਾਰਟ ਹੋਣ ਜਾਣਗੀਆਂ ਨੇ ਸੋ ਇਹਦੇ ਵਿੱਚ ਪਹਿਲੀ ਪੰਜਾਬੀ ਦੂਜੀ ਤੀਜੀ ਚੌਥੀ ਅਤੇ ਪੰਜਵੀਂ ਇਹਦੇ ਹਿਸਾਬ ਨਾਲ ਸਬਜੈਕਟ ਵਾਈਜ਼ ਅਵੇਸ਼ਾ ਵਾਈਜ਼ ਜਿਹੜੇ ਵਿਸ਼ੇ ਹੈ ਉਹ ਦਿੱਤੇ ਗਏ ਨੇਗੇ ਤਾਂ ਸਾਰੇ ਆਪਣੇ ਕਲਾਸ ਦੇ ਹਿਸਾਬ ਨਾਲ ਤੁਸੀਂ ਅਬਿਸੀ ਆਈ ਆਈ ਦੇਖ ਸਕਦੇ ਹੋ ਸੋ ਪਹਿਲਾ ਜਿਹੜਾ ਬਾਕਸ ਹੈ ਇਹਦੇ ਵਿੱਚ 5ਵੀਂ ਤੱਕ ਹੈ ਇਸ ਤੋਂ ਬਾਅਦ 6ਵੀਂ 7ਵੀਂ 8ਵੀਂ ਤੇ ਸਾਰੇ ਸਬਜੈਕਟ ਆ ਗਏ ਤੇ ਅਗਲੇ ਦੇ ਵਿੱਚ 9ਵੀਂ 10ਵੀਂ 11ਵੀਂ ਅਤੇ 12ਵੀਂ ਇਹਨਾਂ ਦੇ ਵਿਸ਼ੇ ਆ ਗਏ ਤਿੰਨਾਂ ਬਾਕਸਾਂ ਦੇ ਵਿੱਚ ਇਹ ਡੇਟ ਸ਼ੀਟ ਹੈ ਜਿਹੜੀ ਵੰਡੀ ਗਈ ਹੈ ਕੀ ਕਲਾਕਲਾ ਸਬਜੈਕਟ ਦੱਸਾਂਗੇ ਤਾਂ ਵੀਡੀਓ ਲੌਂਗ ਹੋ ਚੁ ਤਾਂ ਸਾਰਾ ਇਹ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਸਾਡੇ WhatsApp ਗਰੁੱਪ ਦੇ ਵਿੱਚ ਮਿਲ ਜਾਊਗਾ ਜਿਨ੍ਹਾਂ ਨੇ ਹਾਲੇ ਤੱਕ ਗਰੁੱਪ ਜੁਆਇਨ ਨਹੀਂ ਕੀਤਾ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾ ਕੇ ਲਿੰਕ ਤੁਹਾਨੂੰ ਮਿਲ ਜਾਊਗਾ WhatsApp ਗਰੁੱਪ ਦਾ ਤਾਂ ਉੱਥੇ ਜਾ ਕੇ ਗਰੁੱਪ ਜੁਆਇਨ ਕਰ ਸਕਦੇ ਹੋ ਅੱਗੇ ਹਦਾਇਤਾਂ ਨੇ ਜਰੂਰ ਤੁਹਾਨੂੰ ਪੜ੍ਹ ਕੇ ਸੁਣਾ ਦੇਣੇ ਆ 9ਵੀਂ ਤੋਂ 12ਵੀਂ ਜਮਾਤਾਂ ਲਈ ਇਸ ਪ੍ਰੀਖੇ ਦਾ ਸਿਲੇਬਸ ਹੈ ਜਿਹੜਾ ਅਪ੍ਰੈਲ ਤੋਂ ਅਗਸਤ 2024 ਤੱਕ ਦਾ ਹੋਵੇਗਾ ਅਤੇ ਪਹਿਲੀ ਤੋਂ 8ਵੀਂ ਜਮਾਤਾਂ ਲਈ ਇਸ ਪ੍ਰੀਖੇ ਦਾ ਸਿਲੇਬਸ ਹੈ ਜਿਹੜਾ ਉਹ ਅਪ੍ਰੈਲ ਤੋਂ ਸਤੰਬਰ 2024 ਤੱਕ ਦਾ ਜਿਹੜਾ ਹੋਵੇਗਾ ਪੇਪਰ ਦਾ ਸਮਾਂ ਸਵੇਰੇ 8:30 ਤੋਂ ਲੈ ਕੇ 11:30 ਵਜੇ ਤੱਕ ਹੋਏਗਾ ਪੇਪਰ ਦਾ ਪੈਟਰਨ ਵੱਖ-ਵੱਖ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿੱਤੇ ਗਏ ਨਮੂਨਾ ਪ੍ਰਸ਼ਨ ਪੱਤਰ ਨਿਰਧਾਰਤ ਪੂਰੇ ਅੰਕਾਂ ਅਤੇ ਸਮੇਂ ਅਨੁਸਾਰ ਜਿਹੜਾ ਰੱਖਿਆ ਜਾਵੇ ਇਹਨਾਂ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਦੀ ਮੁਕੰਮਲ ਧੋਹਾਈ ਹੈ ਜਿਹੜੀ ਯਕੀਨੀ ਬਣਾਈ ਜਾਵੇ ਅਗਲਾ ਪੁਆਇੰਟ ਜਿਹੜਾ ਦੇ ਵਿੱਚ ਹੈ ਸੀਈ ਪਤਾਇਤ 27 9 2024 ਨੂੰ ਹੋਣ ਵਾਲਾ ਪ੍ਰੈਕਟਿਸ ਟੈਸਟ ਹੁਣ ਵੱਖਰੇ ਤੌਰ ਤੇ ਜਿਹੜਾ ਨਹੀਂ ਲਿਆ ਜਾਵੇਗਾ ਸਗੋਂ ਜਮਾਤਾਂ 3 ਤੋਂ 10ਵੇਂ ਦੇ ਸੰਬੰਧਿਤ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦਾ ਆਬਜੈਕਟਿਵ ਭਾਗ ਹੀ ਕੰਪੇਟੈਂਸੀ ਆਧਾਰਤ ਜਿਹੜਾ ਹੋਵੇਗਾ ਜਮਾਤਾਂ 3 ਤੋਂ 5ਵੇਂ ਦੇ ਸਾਰੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਪਹਿਲੀ ਅਤੇ ਦੂਜੀ ਜਮਾਤਾਂ ਦੇ ਪ੍ਰਸ਼ਨ ਪੱਤਰ ਸਕੂਲ ਪੱਧਰ ਤੇ ਜਿਹੜਾ ਬਣਾਏ ਜਾਣਗੇ 6ਵੀਂ ਤੋਂ 10ਵੀਂ ਤੱਕ ਦੇ ਵਿਸ਼ਿਆਂ ਪੰਜਾਬੀ ਅੰਗਰੇਜ਼ੀ ਗਣਿਤ ਹਿੰਦੀ ਸਮਾਜਿਕ ਸਿੱਖਿਆ ਅਤੇ ਸਾਇੰਸ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਇਹਨਾਂ ਜਮਾਤਾਂ ਦੇ ਬਾਕੀ ਵਿਸ਼ਿਆਂ ਦੇ ਪੇਪਰ ਸਕੂਲ ਮੁਖੀ ਆਪਣੇ ਪੱਧਰ ਤੇ ਸਬੰਧਤ ਵਿਸ਼ਾ ਅਧਿਆਪਕ ਦੁਆਰਾ ਤਿਆਰ ਆ ਜਿਹੜੇ ਕਰਵਾਉਣਗੇ ਹੈੱਡ ਆਫਿਸ ਵੱਲੋਂ ਭੇਜੇ ਜਾਣ ਵਾਲੇ ਪ੍ਰਸ਼ਨ ਪੱਤਰ ਸਬੰਧਤ ਪੇਪਰ ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਦੀ ਈਮੇਲ ਤੇ ਜਿਹੜੇ ਭੇਜ ਦਿੱਤੇ ਜਾਣਗੇ 11ਵੀਂ ਅਤੇ 12ਵੀਂ ਦੇ ਸਾਰੇ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲ ਮੁਖੀਆਂ ਵੱਲੋਂ ਆਪ ਤਿਆਰ ਕਰਵਾਏ ਜਾਣਗੇ। ਸਕੂਲ ਮੁਖੀ ਉਪਰੋਕਤ ਡੇਟ ਸੀਟ ਵਿੱਚ ਦਰਸਾਏ ਵਿਸ਼ਿਆਂ ਤੋਂ ਇਲਾਵਾ 11ਵੀਂ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਲਏ ਗਏ ਹੋਰ ਵਿਸ਼ਿਆਂ ਦੇ ਪੇਪਰ ਆਪਣੇ ਪੱਤਰ ਤੇ ਕਰਵਾ ਕੇ ਮਿਤੀ 9-10-2024 ਤੱਕ ਇਹ ਪ੍ਰੀਖਿਆ ਮੁਕੰਮਲ ਕਰਵਾਉਣਾ ਯਕੀਨੀ ਆ ਜਿਹੜਾ ਬਣਾਉਣਗੇ। ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ 100% ਹਾਜ਼ਰੀ ਯਕੀਨੀ ਬਣਾਈ ਜਾਵੇ। ਅਤੇ ਇਸ ਪ੍ਰੀਖਿਆ ਦਾ ਪੂਰਾ ਰਿਕਾਰਡ ਵਿਸ਼ਾ ਵਾਰ ਜਮਾਤ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਹੈ ਜਿਹੜਾ ਰੱਖਿਆ ਜਾਵੇ ਤਾਂ ਕਿ ਨੌਵੀਂ ਤੋਂ 12ਵੀਂ ਦੀ ਟਰਮ ਪ੍ਰੀਖਿਆ ਦੀ ਡੇਟ ਸੀਟ ਹੈ ਸੋ 25 ਤੋਂ ਪਹਿਲਾ ਐਗਜ਼ਾਮ ਆਏ ਦਿਨ ਬੁੱਧਵਾਰ ਨੌਵੀਂ ਕਲਾਸ ਦਾ ਜਿਹੜਾ ਪੇਪਰ ਹੋਏ ਆ ਵਿਗਿਆਨ ਦਾ 10ਵੀਂ ਦਾ ਗਣਿਤ ਦਾ 11ਵੀਂ ਦਾ ਇਕਨੋਮਿਕਸ ਕਮੇਸਟਰੀ ਜਿਹੜੇ 9 ਚੋਣਵੇਂ ਵਿਸ਼ੇ ਹੁੰਦੇ ਐ ਅਤੇ 12ਵੀਂ ਦਾ ਫਿਜ਼ਿਕਸ ਹਿਸਟਰੀ ਅਕਾਊਂਟੈਂਸੀ ਇਹ ਚੋਣਵੇਂ ਵਿਸ਼ੇ ਨੇ ਇਹ 26 ਨੂੰ ਪੰਜਾਬੀ A ਨੌਵੀਂ ਕਲਾਸ ਦਾ 10ਵੀਂ ਦਾ ਹੋਏਗਾ ਸਰੀਰਕ ਸਿੱਖਿਆ ਦਾ ਅਤੇ NSQF 11ਵੀਂ ਦਾ ਹੋਏਗਾ ਫਿਰ ਪੰਜਾਬੀ ਫਿਰ 12ਵੀਂ ਦਾ ਹੋਏਗਾ ਅੰਗਰੇਜ਼ੀ ਸ਼ੁੱਕਰਵਾਰ ਨੂੰ 27 ਤਰੀਕ ਬਣਦੀ ਹੈ ਇਸ ਦੇ ਵਿੱਚ ਜਿਹੜਾ ਨੌਵੀਂ ਦਾ ਹਿੰਦੀ ਦਾ ਪੇਪਰ ਹੈ 10ਵੀਂ ਦਾ ਪੰਜਾਬੀ A 11ਵੀਂ ਦਾ ਅੰਗਰੇਜ਼ੀ 12ਵੀਂ ਦਾ ਪੰਜਾਬੀ 28 ਤਰੀਕ ਨੂੰ 9ਵੀਂ ਦਾ ਸਰੀਰਕ ਸਿੱਖਿਆ ਦਾ ਪੇਪਰ ਹੈ 10ਵੀਂ ਦਾ ਕੰਪਿਊਟਰ ਸਾਇੰਸ ਦਾ 11ਵੀਂ ਦਾ ਵਾਤਾਵਰਣ ਸਿੱਖਿਆ ਦਾ 12ਵੀਂ ਦਾ ਕੰਪਿਊਟਰ ਸਾਇੰਸ ਦਾ 30 ਤਰੀਕ ਨੂੰ 9ਵੀਂ ਦਾ ਅੰਗਰੇਜ਼ੀ ਦਾ 10ਵੀਂ ਦਾ ਸਮਾਜਿਕ ਸਿੱਖਿਆ ਦਾ 11ਵੀਂ ਦਾ ਫਿਜ਼ਿਕਸ ਹਿਸਟਰੀ ਅਕਾਊਂਟੈਂਸੀ ਜਿਹੜੇ 99 ਵਿਸ਼ੇ ਹੈ 12ਵੀਂ ਦਾ కెਮਿਸਟਰੀ ਇਕਨੋਮਿਕਸ 94 ਵਿਸ਼ੇ ਹੈ ਪਹਿਲੇ 1 ਕਤੂਬਰ ਨੂੰ ਪੰਜਾਬੀ B 9ਵੀਂ ਦਾ ਪੇਪਰ ਹੈ 10ਵੀਂ ਦਾ ਹਿੰਦੀ ਦਾ ਹੈ 11ਵੀਂ ਦਾ ਹੋਮ ਸਾਇੰਸ ਸਰੀਰਕ ਸਿੱਖਿਆ ਡਰਾਇੰਗ ਅਤੇ ਪੇਂਟਿੰਗ ਦਾ ਹੈ 12ਵੀਂ ਦਾ ਪੰਜਾਬੀ ਹਿੰਦੀ ਅੰਗਰੇਜ਼ੀ ਚੋਣਵੇਂ ਵਿਸ਼ੇ ਨੇ ਜਿਹੜੇ ਇਹਨਾਂ ਦਾ ਪੇਪਰ ਹੈ 4 ਅਕਤੂਬਰ ਨੂੰ ਜਿਹੜਾ 9ਵੀਂ ਦਾ ਗਣਿਤ ਦਾ ਹੈ 10ਵੀਂ ਦਾ ਅੰਗਰੇਜ਼ੀ ਦਾ ਹੈ 11ਵੀਂ ਦਾ ਬਾਇਓਲੋਜੀ ਅਤੇ ਜੀਓਗ੍ਰਾਫੀ ਦਾ ਚੋਣਵੇਂ ਵਿਸ਼ੇ ਆਗੇ 12ਵੀਂ ਦਾ ਗਣਿਤ ਦਾ 5 ਅਕਤੂਬਰ ਨੂੰ 9ਵੀਂ ਦਾ ਕੰਪਿਊਟਰ ਸਾਇੰਸ ਦਾ ਹੈ 10ਵੀਂ ਦਾ ਪੰਜਾਬੀ ਦਾ ਹੈ 11ਵੀਂ ਦਾ ਕੰਪਿਊਟਰ ਸਾਇੰਸ ਦਾ ਹੈ ਅਤੇ 12ਵੀਂ ਦਾ ਵਾਤਾਵਰਣ ਸਿੱਖਿਆ ਦਾ ਹੈ 7 ਅਕਤੂਬਰ ਸੋਮਵਾਰ 9ਵੀਂ ਕਲਾਸ ਦਾ ਸਮਾਜਿਕ ਸਿੱਖਿਆ ਦਾ 10ਵੀਂ ਦਾ ਵਿਗਿਆਨ ਦਾ 11ਵੀਂ ਕਲਾਸ ਦਾ ਗਣਿਤ ਦਾ 12ਵੀਂ ਕਲਾਸ ਦਾ ਬਾਇਓਲੋਜੀ ਬਿਜ਼ਨਸ ਸਟੱਡੀਜ਼ ਰਾਜਨੀਤੀ ਸ਼ਾਸਤਰ ਜਿਹੜੇ 99 ਵਿਸ਼ੇ ਨੇ ਜਿਸ ਕੋਈ ਤੁਹਾਡਾ ਵਿਸ਼ਾ ਹੈ ਉਹਦਾ ਪੇਪਰ ਹੈ ਫਿਰ ਮੰਗਲਵਾਰ ਨੂੰ 11ਵੀਂ ਦਾ ਪੇਪਰ ਹੈ ਜਿਹੜਾ ਸਿੱਧਾ ਹੋਏਗਾ 9ਵੀਂ ਦਾ 10ਵੀਂ ਦਾ ਹੈ ਨਹੀਂ 11ਵੀਂ ਦਾ ਪੰਜਾਬੀ ਹਿੰਦੀ ਅੰਗਰੇਜ਼ੀ 99 ਵਿਸ਼ੇ ਹੈ 12ਵੀਂ ਦਾ ਹੋਮ ਸਾਇੰਸ ਸਰੀਰਿਕ ਸਿੱਖਿਆ ਡਰਾਇੰਗ ਤੇ ਪੇਂਟਿੰਗ ਦਾ ਬੁੱਧਵਾਰ ਨੂੰ 11ਵੀਂ ਦਾ ਪੇਪਰ ਹੈ ਜਿਹੜਾ ਰਾਜਨੀਤੀ ਸ਼ਾਸਤਰ ਬਿਜ਼ਨਸ ਸਟੱਡੀਜ਼ 99 ਵਿਸ਼ੇ ਹੈ 12ਵੀਂ ਦਾ ਜੀਓਗ੍ਰਾਫੀ ਫੀ ਬੀ 94 ਪੇਸੇ ਦਾ ਤਈ 12ਵੀਂ ਦੀ 9ਵੀਂ ਤੋਂ 12ਵੀਂ ਜਿਹੜੀ ਡੇਟ ਸੀਟ ਦੇ ਵਿੱਚ ਮੈਂਸ਼ਨ ਕੀਤੀ ਗਈ ਹੈ 9ਵੀਂ ਤੋਂ 12ਵੀਂ ਸੁਪਰ ਬਾਕਸ ਤੁਸੀਂ ਦੇਖ ਸਕਦੇ ਹੋ ਤਰੀਕ ਦਿੱਤੀ ਹੈ ਦਿਨ ਦਿੱਤਾ ਹੈ 9ਵੀਂ 10ਵੀਂ 11ਵੀਂ 12ਵੀਂ ਕਲਾਸਾਂ ਦਿੱਤੀਆਂ ਨੇ ਸੋ 25 ਤਰੀਕ ਨੂੰ ਜਿਵੇਂ 9ਵੀਂ 10ਵੀਂ 11ਵੀਂ 12ਵੀਂ ਦੇ ਅਲੱਗ-ਅਲੱਗ ਪੇਪਰ ਨੇ ਤਾਂ ਇਹ ਸਾਰੇ ਜਿਹੜੇ ਤੁਹਾਨੂੰ ਮੈਂਸ਼ਨ ਕੀਤੇ ਹੈ ਕਿਉਂਕਿ ਸਾਰੀ ਡੇਟ ਸੀਟ ਤੁਹਾਨੂੰ ਦੱਸਾਂਗੇ ਤਾਂ ਵੀਡੀਓ ਲੌਂਗ ਹੋ ਜਾਂਦੀ ਹੈ ਤਾਂ ਇਹ ਸਾਰੀ ਜਿਹੜੀ ਪੀਡੀਐਫ ਹੈ ਸਾਰੇ ਪੇਜ ਨੇ ਡੇਟ ਸੀਟ ਦੇ ਅਤੇ ਜੋ ਹਦਾਇਤਾਂ ਨੇ ਇਹ WhatsApp ਗਰੁੱਪ ਦੇ ਵਿੱਚ ਅਸੀਂ ਅਪਡੇਟ ਕਰ ਦਾਂਗੇ ਇਸੇ ਕਰਕੇ ਗਰੁੱਪ ਜਿਹੜਾ ਬਣਾਇਆ ਹੈ ਕਿਉਂਕਿ ਜੋ ਵੀ ਵੀਡੀਓ ਲੌਂਗ ਬਣਦੀ ਦਿੱਸਦੀ ਹੁੰਦੀ ਹੈ ਉਹਦੇ ਵਿੱਚ ਆਪਾਂ ਨੋਟੀਫਿਕੇਸ਼ਨ ਜਿਹੜਾ ਗਰੁੱਪ ਦੇ ਵਿੱਚ ਪਾ ਦਿੰਨੇ ਆ ਤਾਂ ਉਥੋਂ ਡਾਊਨਲੋਡ ਕਰਕੇ ਤੁਸੀਂ ਆਪਣੀ ਡੇਟ ਸੀਟ ਜਿਹੜੀ ਦੇਖ ਸਕੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ